ठीक ठाक हो सारे जने, उम्मीद करते सारे वधिया होणगे। दोस्तों पिछली वीडियो वेख्या ही है नवी गड्डी की डिलीवरी ली है, आप ली है बलैरो। वो मैं पिछली वीडियो में गलत बोलता जेड एलएक्स नहीं है, यह नवा मॉडल आ गया बी सिक्स ना, शायद बी सिक्स ही है इदा कोई करके। सारे सारे भरा अपने नाल सारे बधाई मुबारक पहला आ वीर ने गड्डी ली है, बाकी बधाई सारे क्योंकि इन्हें ली सारे ने ली है ना। तो बाकी मित्रों आप चले वील पाउन पहले दिन ही, वीडियो अपनी दूसरी है पर अपना उस दिन ही आप वील पाउन चलने हैं। ਮੁੰਡਾ ਕਹਿੰਦਾ ਸੀ ਆਪਾਂ ਘਰੇ ਵੀਲਾਂ ਨੂੰ ਬਿਨਾ ਕਰਦੇ ਸੀ, ਸਵਾ ਛੇ ਗੱਡੀ ਮਿਲੀ ਤੇ ਸਾਢੇ ਸੱਤ ਵੀਲ ਪਵਾਉਂਦੇ ਹਾਂ। ਸਿਆਣੇ ਨੇ ਦੱਸਿਆ ਕਿ ਘੰਟੇ ਦਾ ਫਰਕ ਨਹੀਂ ਪੈ ਦੇਣਾ ਵੀਲ ਪਾਉਂਦੇ, ਘੰਟਾ ਪਹਿਲਾਂ ਬੜਾ ਵੀਲ ਪਾਉਂਦੇ ਅਰੇ ਬਾਅਦ ਚ ਵਾੜਦੀ। ਮੈਂ ਕੀ ਗੱਲ ਇਦਾਂ ਹੈ ਤੁਹਾਨੂੰ ਪਤਾ ਹੀ ਹੈ ਘਰ ਦੇ ਜਿਹੜਾ ਯਾਰ ਕਹਿ ਦਿੰਦੇ ਆ ਵੀ ਵੀਲ ਨਹੀਂ ਪਾਉਣੇ ਤੇ ਤਾਰ ਕੇ ਆਪਾਂ ਪਹਿਲਾਂ ਹੀ ਵੀਲ ਪਵਾ ਕੇ ਜਾਣਾ ਘਰੇ, ਤੇ ਬਾਕੀ ਬਾਬਾ ਭਲੀ ਕਰੇ ਤੇ ਵੇਖਦੇ ਆ ਕਿਹੜੇ ਕਿਹੜੇ ਵੀਲ ਵਧੀਆ ਵਧੀਆ ਵੀਲ ਪਾਉਣੇ ਆ। ਤੇ ਵੀਡੀਓ ਨਾਲ ਬਣੇ ਰਹੋ, ਜਿਨ੍ਹਾਂ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਸਬਸਕ੍ਰਾਈਬ ਕਰ ਲਿਓ, ਇਦਾਂ ਹੀ ਪਿਆਰ ਦੇ ਸਪੋਰਟ ਕਰਦੇ ਰਹੋ, ਤੁਹਾਨੂੰ ਵੀਲਾਂ ਦੀ ਵੀ ਜਾਣਕਾਰੀ ਦਿੰਨੇ ਜਾ ਹਾਂ ਵੀਲਾਂ ਦੀ ਜਾਣਕਾਰੀ ਦੇਵਾਂਗੇ ਕਿਹੜਾ ਪਾਉਣੇ ਚਾਹੀਦੇ ਕਿਹੜੇ ਨਹੀਂ ਪਾਉਣੇ ਚਾਹੀਦੇ, ਬਾਕੀ ਅਸੀਂ ਕਿਹੜੇ ਪਾਉਣੇ ਆ ਉਹ ਤਾਂ ਦੱਸਦੇ ਆ। ਤੇ ਉਹ ਚੁੱਕ ਦੋ ਆਵਾਜ਼ ਮੜੀ ਜੀ, ਲਓ ਜੀ ਮਿੱਤਰ ਪਿਆਰਿਓ ਆਪਾਂ ਪਹੁੰਚ ਗਏ ਅੰਮ੍ਰਿਤਸਰ ਗੋਲਡਨ ਗੇਟ ਤੇ ਪਹੁੰਚ ਗਏ। ਹੁਣ ਦੋਸਤੋ ਆਪਾਂ ਇੱਥੋਂ ਵੀਲ ਪਵਾਵਾਂਗੇ, ਜਾਂ ਤੇ ਪਵਾਵਾਂਗੇ ਕ੍ਰੀਏਟਿਵ ਵਾਲਿਆਂ ਤੋਂ ਜਾਂ ਪਵਾਵਾਂਗੇ ਰਵੀ ਵਾਲਿਆਂ ਤੋਂ। ਕਿੱਥੋਂ ਪਾਉਣਾ ਰਵੀ ਵਾਲਿਆਂ ਤੋਂ? ਤੇ ਬਾਕੀ ਚਲੋ ਵੇਖਦੇ ਆਂ ਆਪਣੀ ਕੀ ਸਤਮਾਨ ਕਰਦੇ ਆ। ਤੇ ਬਾਕੀ ਜੱਗੀ ਕਹਿੰਦਾ ਮੇਰੇ ਰਿਸ਼ਤੇਦਾਰ ਆ ਮੁੰਡਾ ਜਾਣਦਾ ਆਪਾਂ ਨੂੰ ਜਾਣੂ ਆ। ਚਲੋ ਮਿੱਤਰੋ ਤੇ ਲਾਇਆ ਸਕਦੇ ਆ ਵੱਡੀ ਕਰਕੇ ਕੀ ਲਾਇਆ ਕੀ ਆ ਵਲੌਗ ਲਾਇਆ ਆਪਣੀ ਆਪਣੇ ਵਲੌਗ ਲਾਏ ਵਲੌਗ ਲਾਏ ਹਾਂਜੀ ਹਾਂਜੀ ਭਾਈ ਫੋਟੋ ਭਾਈ ਖਿੱਚ ਕੇ ਕਿ ਵਲੌਗ ਵੇਖਣ ਦਿਆ ਮੈਂ ਬਾਕੀ ਮਿੱਤਰੋ ਯਾਰ ਗੱਲ ਇਹ ਨਹੀਂ ਗੱਲ ਆਪਾਂ ਨੂੰ ਪੈਸੇ ਦੀ ਨਹੀਂ ਆਪਾਂ ਨੂੰ ਪੈਸੇ ਦੀ ਆ ਤਾਂ ਨਹੀਂ ਰੋਦਾ ਇਹਦਾ ਖਰਚਾ ਪਾਣੀ ਇਹ ਯੂਟਿਊਬ ਆਪਾਂ ਨੂੰ ਕਿੰਨਾ ਕੁ ਆਉਂਦਾ ਤੁਹਾਨੂੰ ਚੱਲ ਬਾਹਰ ਵਾਲੇ ਜੇ ਮਰਜ਼ੀ ਇਹ ਆ ਕਿ ਹਨਾ ਜਾਂ ਆਪਣੀ ਯਾਦਗਾਰ ਰਹਿ ਜਾਂਦੀ ਹੁਣ ਆਪਾਂ ਜਿਹੜੀ ਗੱਡੀ ਦੀ ਬਣਾਈ ਆ ਆਪਾਂ 10 20 ਸਾਲਾਂ ਨੂੰ ਕੱਢ ਕੇ ਵੇਚ ਸਕਦੇ ਵੀ ਹਨਾ ਗੱਡੀ ਅਸੀਂ ਲਈ ਸੀ ਕਿਹੜੇ ਕਿਹੜੇ ਬੰਦੇ ਆ ਕੀ ਆਪਾਂ ਸ਼ੁਕਰ ਮੇਲਾ ਕੀਤਾ ਆਪਣਾ ਵੇਖਣ ਦੇ ਆ ਐਲ ਈ ਡੀ ਦੇ ਹਨਾ ਵਲੌਗ ਵੇਖਣ ਦੇ ਆਪਣਾ ਗੋਰੇ ਵੇਖਦੇ ਨਾਲ ਭਾਜੀ ਗੋਰੇ ਵੀ ਕਾਲਾ ਵੀ ਆ ਇੱਕ ਸਾਰੇ ਵੇਖਦੇ ਆ ਮੈਂ ਜਿਹੜਾ ਚਲੋ ਮਨ ਹੁੰਦੀ ਆ ਵੀ ਉਹ ਵੀਰ ਆਪਾਂ ਨੂੰ ਮੈਨੂੰ ਜਾਣਦਾ ਵੀ ਨਹੀਂ ਆ ਉਹਨੇ ਵੀਰ ਨੇ ਇਹਨੂੰ ਪਾਈ ਆ ਕਹਿੰਦਾ ਵਿੱਚ ਤੂੰ ਵੀ ਵੀਡੀਓ ਦੇ ਵਿੱਚ ਹੈਗਾ ਆ ਇਦਾਂ ਨਾ ਵੇਖਣ ਦਾ ਇਹ ਚਲੋ ਵਧੀਆ ਟਾਈਮ ਪਾਸ ਉਹਨਾਂ ਦਾ ਹੁੰਦਾ ਰਹਿੰਦਾ ਆ ਤੇ ਆਪਣਾ ਚਲੋ ਵਧੀਆ ਟਾਈਮ ਪਾਸ ਹੁੰਦਾ ਮਿਲ ਗਿਆ ਸਾਰਿਆਂ ਨੂੰ ਤੇ ਇਦਾਂ ਹੀ ਪਿਆਰ ਬਣਾ ਕੇ ਰੱਖਿਓ ਤੇ ਵੀਡੀਓ ਨੂੰ ਸ਼ੇਅਰ ਕਰ ਕੁੰਧਿਆ ਕਰੋ ਵੱਧ ਤੋਂ ਵੱਧ ਤੇ ਬਸ ਇਹੋ ਤੁਹਾਡੇ ਅੱਗੇ ਇੰਨੇ ਮਾਰਨੇ ਆ ਪੈਸੇ ਮਾਰਦੇ ਆ ਦੇ ਆ ਗਰੋ ਪੈਸੇ ਪਹੁੰਚ ਜੇ ਪੈਸੇ ਕਿਤੇ ਸੈਂਡ ਕਰਨੇ ਆ YouTube ਤੇ ਉਸੇ ਆਉਂਦੀ ਆ ਜੇ ਕਰਦੇ ਕਰ ਦਿਓ ਪੈਸੇ ਦੂਜੇ ਆਉਂਦੇ ਨਹੀਂ ਡਾਲਰ ਜਿਹਾ ਬਣਾ ਦੇ ਬਣਾ ਦੋ ਜੇ ਉਹਨਾਂ ਕਰਦੇ ਕਰ ਸਕਦੇ ਥੋੜੇ ਬੋਲੇ ਮੈਂ ਇਹ ਵੀਡੀਓ ਦੇ ਵਿੱਚ ਕਹਿਤਾ ਆ ਕਿ ਸਾਨੂੰ ਨਾ ਪੈਸੇ ਦੀ ਕੋਈ ਗੱਲ ਨਹੀਂ ਅਸੀਂ ਵੀਡੀਓ ਉਦਾਂ ਬਣਾਉਂਦੇ ਆ ਹਾਂਜੀ ਪਰ ਫਿਰ ਜੇ ਕੋਈ ਕਰਨਾ ਚਾਹੁੰਦਾ ਕਰ ਦਿਓ ਜਦੋਂ ਆਪਣੇ ਘਰੇ ਜਿਵੇਂ ਰਿਸ਼ਤੇਦਾਰ ਆਉਂਦੇ ਆ ਹਨਾ ਹਾਂਜੀ ਆਪਾਂ ਨੂੰ ਪਤਾ ਹੁੰਦਾ ਵੀ ਚੱਲ ਕੋਈ 5-700 ਦੇ ਕੇ ਜਾਣਗੇ ਹਨਾ ਉਹ ਇੱਕ ਰੀਤ ਜੀ ਨਹੀਂ ਬਣੀ ਹੁੰਦੀ ਨਹੀਂ ਨਹੀਂ ਰਹਿ ਨਹੀਂ ਨਹੀਂ ਹਾਂ ਰਹਿ ਦੋ ਤੇ ਇਹਦੇ ਰਿਸ਼ਤੇਦਾਰਾਂ ਨੇ ਮਿਲਦੇ 200 ਦਾ ਲੋੜਦੇ ਨੇ ਲੋੜ ਕੇ ਜੇ ਫਰਾਂਦਾ ਦੇ ਪੁੱਤਰਾਂ ਦਾ ਖੜਾ ਨਾ ਨਹੀਂ ਨਹੀਂ ਰਹਿਣ ਦੋ ਰਹਿਣ ਦੋ थोड़े बहुत सपना पिंड लो आ गए मित्रों पर रवि वाले रवि टायर है मुसर भाई चलो जाने मिलते ਇੰਨੇ ਆ ਕੀ ਹਿਸਾਬ ਕਰਾ ਰਿਹਾ ਤੇ ਕਿਹੜੇ ਕਿਹੜੇ ਟਾਇਰ ਪਾਉਣੇ ਤੇ ਕਿਹੜੇ ਕਿਹੜੇ ਆਪਾਂ ਵੀਲ ਪਾਉਣੇ ਕਰਦੇ ਗੱਲ ਬਾਤ ਜਗਿਆ ਨਹੀਂ ਹਾਂ ਹੁਣ ਬਣੀ ਗੱਲ ਸਾਈਡ ਕਰਨੇ ਆ ਪਹਿਲਾਂ ਸਲਾਹ ਹੀ ਕਹਿੰਦੇ ਬਾਈ ਨੂੰ ਕੀ ਪਾਈਏ ਤੇ ਹੁਣ ਸ਼ਾਇਦ ਅਸੀਂ 20 ਪਾਈਏ ਬਾਕੀ ਵੇਖਦੇ ਆ ਭਾਈ ਥਾਰ ਵਾਲੇ ਵੀ ਪੈ ਜਾਂਦੇ ਜਿਹੜੇ ਥਾਰ ਵਾਲੇ ਦੇ ਓਰੀਜਨਲ ਹੁੰਦੇ ਸੋਹਣੇ ਲੱਗਦੇ ਨਹੀਂ ਨਹੀਂ ਸੋਹਣੇ ਲੱਗਦੇ ਸਕਾਰਪੀ ਨੂੰ ਪਾਈ ਫਿਰਦੇ ਲੋਕੀ ਐਸੇ ਬਜਟ ਘਟਾਉਣਾ ਹੋ ਰਿਹਾ ਨਾ ਦੇ ਅੱਛਾ ਜੀ ਨਹੀਂ ਮੈਂ ਵੇਖਣ ਨੂੰ ਸੋਹਣੇ ਲੱਗਦੇ ਸਕਾਰਪੀ ਨੂੰ ਫੇਰ ਵੀ ਗ੍ਰੇਸ ਆ ਜਾਂਦੀ ਬਲੈਰੋ ਨੂੰ ਅੱਛਾ ਇੱਕ ਕਢਾ ਕੇ ਵੇਖਿਓ ਹੋਣਾ ਹੀ ਆ ਕੋਈ ਜਣਾ ਹਾਂ ਭਾਈ ਫੇਟੀ ਮੇਰੇ ਦਿਖਾ ਦੇ ਯਾਰ ਹਾਂ ਫੇਟੀ ਲਾ ਕੇ ਵੇਖਦੇ ਆ ਯਾਰ ਮੈਨੂੰ ਨਾ ਇਹ ਬੜੇ ਸੋਹਣੇ ਲੱਗਦੇ ਸਕਾਰਪੀਓ ਲੱਗੇ ਵੀ ਲੱਗੇ ਕਿਹੜੇ ਹਾਂ ਆ ਬਹੁਤ ਸੋਹਣਾ ਲੱਗਾ ਇਹ ਥਾਲ ਨੂੰ ਬਾਤ ਤੇ ਆ ਇਹ 18 ਇੰਚ ਆ ਇਹ ਵੀ ਯਾਰ ਪਵਾ ਕੇ ਵੇਖੀ ਆ ਇਹ 18 ਇੰਚ ਆ ਆਹੋ ਬਾਈ ਪੁਣੇ ਨੂੰ ਤਾਂ ਦੇ ਪੁਣੇ ਆਪਾਂ
ਆਹ ਚੀਜ਼ ਘੱਟ ਜਾਣੀ ਹੈ ਨਾ ਇਹ ਆ ਬਈ ਭੈਣ ਜਿੱਥੇ ਮਰਜ਼ੀ ਵਾਰ ਦੇਣਾ ਇਹਨੂੰ ਆਪ ਪਵਾ ਕੇ ਆਫ ਰੋਡ ਭਾਵੇਂ ਕਰ ਲਓ ਇੱਕ ਇਹ ਹੋਈ ਦੂਜੇ ਇੱਟੀ ਜਾਣੇ ਟਾਇਰ ਨਾ ਨਹੀਂ ਐਮ ਟੀ ਵੀ ਪਾਉਣੇ ਆਪਾਂ ਕਿਤੇ ਆਫ ਰੋਡ ਕਰਨਾ ਕਿਤੇ ਜਿਹੜਾ ਆਹ ਐਮ ਟੀ ਹੋ ਜਾਂਦਾ ਅੱਛਾ ਇਹ ਤਾਂ ਐਮ ਟੀ ਇਹ ਗੁੱਟੀ ਬੜੀ ਮੋਟੀ ਹੋਈ ਇਹਦੇ ਇਹ ਆ ਵੀ ਰੁਕਣੀ ਨਹੀਂ ਹੋਣਾ ਕਿਤੇ ਮਿੱਟੀ ਮੁੱਟੀ ਪੁੱਟ ਪੁੱਟ ਮਾਰੀ ਜਾਣੀਆਂ ਨੇ ਆ ਵੀ ਵੀਹ ਜਿਹਾ ਕਿੰਨੀ ਪ੍ਰੋਫਾਈਲ ਪੰਤਾਲੀ ਮਿੱਤਰੋ ਟਾਇਰ ਅਤੇ ਵੀਲ ਆਪਣੇ ਹੋ ਗਏ ਸਲੈਕਟ ਕਾਫੀ ਚਿਰ ਕਲਾਸ ਸ਼ੁਰੂ ਕਰਨ ਤੋਂ ਬਾਅਦ ਆਹ ਸਲੈਕਟ ਕੀਤੀ ਆ ਦੱਸਿਓ ਕਿਵੇਂ ਦੇ ਲੱਗਦੇ ਨਾਲ ਸਪੇਸਰ ਪਾਉਣੇ ਹੀ ਪੈਂਦੇ ਇਹਨਾਂ ਨੂੰ ਕਹਿਣਾ ਸਪੇਸਰ ਪਾਉਣੇ ਪੈਂਦੇ ਹਨ ਲਹਿਰੋਂ ਨੂੰ ਪਿੱਛੇ ਵੱਡੇ ਸਪੇਸਰ ਆ ਮੁੱਲੇ ਪਿੱਛੇ ਵੱਡੇ ਸਪੇਸਰ ਪਾ ਲਏ ਆ ਕਿਉਂਕਿ ਤੁਹਾਨੂੰ ਪਤਾ ਹੀ ਹੈ ਕਿ ਬਲੈਰੋ ਦਾ ਇੱਕ ਅਗਲਾ ਜਿਹੜਾ ਟਾਇਰ ਹੁੰਦਾ ਨਾ ਉਹ ਬਾਹਰੋਂ ਨਿਕਲ ਕੇ ਚੱਲਦਾ ਤਾਂ ਕਿ ਆਪਾਂ ਪਾਉਣ ਲੱਗੇ ਜਿਹੜੇ ਬਰਾਬਰ ਹੀ ਚੱਲਦੇ ਨੇ ਵੀ ਇੰਨਾ ਕੁ ਬਾਹਰ ਲੱਗੂਗਾ ਅਤੇ ਉਹ ਵੀ ਉੰਨਾ ਕੁ ਬਾਹਰ ਵਿਸ਼ਾਲ ਭਰਾ ਨੂੰ ਆ ਕੇ ਮਿਲ ਲਿਓ ਜੇ ਕੋਈ ਵੀ ਆਉਣਾ ਨਹੀਂ ਆਉਂਦਾ ਟਾਇਰ ਮੰਨ ਲਓ ਟਾਇਰ ਪਾਉਣ ਦੀ ਬਾਅਦ ਦੀ ਗੱਲ ਆ ਪਹਿਲਾਂ ਇੱਕ ਵਾਰੀ ਆ ਕੇ ਕਲੈਕਸ਼ਨ ਚੈੱਕ ਕਰਿਓ ਹੈ ਨਾ ਸਲੈਕਟ ਕਰੋ ਪਹਿਲਾਂ ਆ ਕੇ ਹਾਂਜੀ ਹਾਂਜੀ ਅਤੇ ਬਾਕੀ ਜਦੋਂ ਆਓਗੇ ਤਾਂ ਤੁਹਾਡਾ ਮਾਣ ਸਨਮਾਨ ਹੀ ਪੂਰਾ ਹੋਊਗਾ ਵਿਸ਼ਾਲ ਭਰਾ ਦਾ ਬਾਕੀ ਯਾਰ ਕਮਾਈ ਸਾਰੇ ਕਰਦੇ ਆ ਪਰ ਪਿਆਰ ਨਾਲ ਜਿਹੜਾ ਕਮਾਈ ਕਰਦਾ ਕੋਈ ਸਭ ਕਿਸੇ ਕਿਸੇ ਨੂੰ ਯਾਦ ਰਹਿੰਦਾ ਆ ਤੁਹਾਨੂੰ ਭਾਈ ਕਹੋਗੇ ਅਸੀਂ ਵੀ ਤੁਸੀਂ ਵੀ ਆਇਓ ਜੇ ਤੁਹਾਨੂੰ ਵਧੀਆ ਲੱਗਦਾ ਤੁਹਾਨੂੰ ਮੀਲਾਂ ਦੀ ਦਿਖਾਤੀ ਆ ਇੱਥੋਂ ਦਾ ਆਪਣਾ ਕੰਮ ਹੋ ਗਿਆ ਗੱਡੀ ਦਾ ਸਮਾਪਤ ਆਪਣਾ ਕੰਮ ਸ਼ੁਰੂ ਹੋ ਗਿਆ ਹੁਣ ਖਾਣੇ ਪੀਣੇ ਕੋਈ ਪਾਰਟੀ ਲੈਂਦੇ ਮੁੰਡੇ ਤੋਂ ਐਵੇਂ ਥੋੜ੍ਹੀ ਚੱਲ ਜਾਣਾ ਉਹ ਕੀ ਖਾਣਾ ਪੀਣਾ ਹੁਣ ਰੋਟੀ ਖਾਣੀ ਹੈ ਇਕੱਲੀ ਰੋਟੀ ਖਾਣੀ ਆ ਰੋਟੀ ਖਾਣੀ ਇਕੱਲੀ ਰੋਟੀ ਇਕੱਲੀ ਰੋਟੀ ਸਵੇਰੇ ਖਾਵਾਂਗੇ ਅੱਛਾ ਰੋਟੀ ਖਾਣੀ ਕਹਿੰਦੇ ਹੁੰਦੇ ਪਹਿਲਾਂ ਪੇਟ ਪੂਜਾ ਫਿਰ ਕੰਮ ਦੂਜਾ ਅਤੇ ਅਸੀਂ ਲਾਸਟ ਦੇ ਕਰਦੇ ਹਾਂ ਅਸੀਂ ਪਹਿਲਾਂ ਕੰਮ ਕਰ ਲਏ ਰੋਟੀ ਪਾਣੀ ਲਾਸਟ ਦੇ ਖਾਂਦੇ ਹਾਂ ਉਹ ਵੀ ਦਿਲ ਕਰਦਾ ਵੇਖੀ ਜਾਈ ਆਪਣੀ ਚੀਜ਼ ਹੈ ਨਾ ਜ਼ਿਆਦਾ ਸੋਹਣੀ ਲੱਗਦੀ ਹੁੰਦੀ ਹੋਰ ਕੋਈ ਗੱਡੀਆਂ ਦੇ ਲੱਗੇ ਹੁਣ ਪਰ ਆਪਣੀ ਜੇ ਆਪਣੀ ਹੁੰਦੀ ਤਰਨ ਤਾਰਨ ਆਪਣੀ ਗੱਡੀ ਇੱਥੇ ਲੱਗੀ ਆਪਾਂ ਗੱਡੀ ਹੁਣ ਲੈ ਕੇ ਜਾਂਦੇ ਹਾਂ ਆਪਾਂ ਵੀਡੀਓ ਕਰਦੇ ਇੱਥੇ ਸਮਾਪਤੀ ਵੀਡੀਓ ਵਿੱਚ ਕੋਈ ਵੀ ਚੰਗਾ ਲੱਗਾ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਅਤੇ ਬਾਕੀ ਜੇ ਕੋਈ ਭਰਾ ਮੇਰਾ ਚਾਹੁੰਦਾ ਹੈ ਅਤੇ ਉਹਨਾਂ ਰਿਵਿਊ ਲਈ ਜਾ ਕੇ ਆਪਣਾ ਨਾਮ ਲੈ ਦਿਓ ਦੱਸ ਠੀਕ ਹੈ ਜੀ ਬਾਕੀ ਕਰਦੇ ਹਾਂ ਵੀਡੀਓ ਇੱਥੇ ਸਮਾਪਤੀ ਓਕੇ ਬਾਬਾ ਟਾਟਾ।